ਪੰਜਾਬ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਦੇ ਸਿਲੈਕਟਡ ਮਲਟੀਪਰਪਜ਼ ਹੈਲਥ ਵਰਕਰਸ ਯੂਨੀਅਨ ਦੇ ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਰਾਹੀਂ ਸਿਹਤ ਮੰਤਰੀ ਬ੍ਰਹਮਿੰਦਰਾ ਨੂੰ ਇੱਕ ਮੰਗ ਪੱਤਰ ਭੇਜਿਆ। ਇਸ ਮੰਗ ਪੱਤਰ ਵਿੱਚ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ ਮਾਣਯੋਗ ਸਿਹਤ ਮੰਤਰੀ ਕੋਲੋਂ 1263 ਦੀ ਭਰਤੀ ਸੰਬੰਧੀ ਚੱਲ ਰਹੇ ਕੇਸ ਦੀ ਅਗਲੀ ਸੁਣਵਾਈ 9 ਮਈ ਨੂੰ ਜਾਂਚ ਪੜਤਾਲ ਕਰਕੇ ਸਟੇਅ ਖੁਲਵਾਉਣ ਦੀ ਮੰਗ ਕੀਤੀ। ਇਸ ਮੌਕੇ ਗੱਲਬਾਤ ਦੌਰਾਨ ਜ਼ਿਲ੍ਹਾ ਆਗੂਆਂ ਨੇ ਦੱਸਿਆ ਕਿ ਅਸੀਂ ਸਿਹਤ ਵਿਭਾਗ ਪੰਜਾਬ ਵੱਲੋਂ 1263 ਪੋਸਟਾਂ ਨੂੰ ਭਰਨ ਸੰਬੰਧੀ ਬਾਬਾ ਫਰੀਦ ਯੂਨੀਵਰਸਿਟੀ ਆਫ ਸਾਇੰਸ ਫਰੀਦਕੋਟ ਵੱਲੋਂ ਲਈ ਗਈ ਲਿਖਤੀ ਪ੍ਰੀਖਿਆ ਨੂੰ ਪਾਸ ਕਰਕੇ ਯੂਨੀਵਰਸਿਟੀ ਅਤੇ ਸਿਹਤ ਵਿਭਾਗ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰੇ ਕਰਦੇ ਹੋਏ 5 ਮਈ 2017 ਨੂੰ 919 ਉਮੀਦਵਾਰਾਂ ਨੇ ਪੰਜਾਬ ਸਰਕਾਰ ਪਾਸੋਂ ਨਿਯੁਕਤੀ ਪੱਤਰ ਪ੍ਰਾਪਤ ਕੀਤੇ ਸਨ। ਮੈਡੀਕਲ ਚੈੱਕਅਪ ਕਰਾਉਣ ਤੋਂ ਬਾਅਦ ਅਸੀਂ ਆਪੋ ਆਪਣੀਆਂ ਅਲਾਟ ਹੋਈਆਂ PHC ਉੱਤੇ ਹਾਜ਼ਰ ਵੀ ਹੋ ਗਏ, ਪਰੰਤੂ ਪ੍ਰੀਖਿਆ ਵਿੱਚੋਂ ਫੇਲ ਹੋਏ ਕੁਝ ਵਿਦਿਆਰਥੀਆਂ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਰਿਟ ਪਟੀਸ਼ਨ ਦਾਇਰ ਕਰਕੇ ਸਾਰੀ ਭਰਤੀ ਪ੍ਰਕਿਰਿਆ ਤੇ ਸਟੇਅ ਲੈ ਲਿਆ ਗਿਆ। ਉਹਨਾਂ ਦੱਸਿਆ ਕਿ ਸਿਲੈਕਟ ਹੋਏ ਉਮੀਦਵਾਰਾਂ ਨੇ ਉੱਚ ਅੰਕ ਪ੍ਰਾਪਤ ਕੀਤੇ ਹਨ। ਉਹਨਾਂ ਦਾ ਮਾਣਯੋਗ ਅਦਾਲਤ ਵਿੱਚ ਚੱਲ ਰਹੇ ਕੇਸਾਂ ਨਾਲ ਕੋਈ ਸੰਬੰਧ ਨਹੀਂ ਹੈ, ਪਰ ਫਿਰ ਵੀ 1 ਸਾਲ ਦਾ ਸਮਾਂ ਬੀਤ ਜਾਣ ਅਤੇ 25 ਦੇ ਕਰੀਬ ਤਰੀਕਾਂ ਪੈ ਜਾਣ ਤੋਂ ਬਾਅਦ ਵੀ ਸਿਹਤ ਵਿਭਾਗ ਸਟੇਅ ਨੂੰ ਤੁੜਵਾ ਨਹੀਂ ਸਕਿਆ, ਜੋ ਕਿ ਸਿਹਤ ਵਿਭਾਗ ਦੀ ਨਾਕਾਮੀ ਨੂੰ ਉਜਾਗਰ ਕਰਦਾ ਹੈ। ਇਸ 1 ਸਾਲ ਦੇ ਅੰਦਰ ਅੰਦਰ ਨਿਰਾਸ਼ਾ ਦਾ ਸਾਹਮਣਾ ਕਰਦੇ ਹੋਏ 5 ਸਿਲੈਕਟਡ ਹੈਲਥ ਵਰਕਰਾਂ ਦੀ ਮੌਤ ਵੀ ਹੋ ਚੁੱਕੀ ਹੈ। ਉਹਨਾਂ ਸਿਹਤ ਮੰਤਰੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸ ਕੇਸ ਵਿੱਚ ਨਿੱਜੀ ਦਖਲ ਅੰਦਾਜ਼ੀ ਕਰਕੇ ਆਉਣ ਵਾਲੀ ਤਰੀਕ ਨੂੰ ਸਿਹਤ ਵਿਭਾਗ ਅਤੇ ਸਰਕਾਰੀ ਵਕੀਲਾਂ ਰਾਹੀਂ ਇਸ ਕੇਸ ਨੂੰ ਹੱਲ ਕਰਵਾਉਣ ਤਾਂ ਜੋ ਅਸੀਂ ਆਪਣੀਆਂ ਡਿਊਟੀਆਂ ਉੱਪਰ ਹਾਜ਼ਰ ਹੋ ਸਕੀਏ। ਮੇਲ ਯੂਨੀਅਨ ਪੰਜਾਬ ਦੇ ਅੱਗੇ ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਰਾਹੀਂ ਮਾਣਯੋਗ ਸਿਹਤ ਮੰਤਰੀ ਜੀ ਨੂੰ ਮੰਗ ਪੱਤਰ ਗਿਆ ਜੀ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਸਿਲੈਕਸ਼ਨ ਹੋ 1024 ਮਲਟੀਪਰਪਜ਼ ਹੈਲਥ ਵਰਕਰ ਮੇਲ ਸਾਰੀ ਇਲੈਕਸ਼ਨ ਪ੍ਰੋਸੈਸ ਪੂਰੀ ਕਰਕੇ ਅਪੁਆਇੰਟਮੈਂਟ ਲੈਟਰ ਲੈ ਚੁੱਕੇ ਨੇ, ਮੈਡੀਕਲ ਪਾ ਚੁੱਕੇ ਨੇ, ਪਰੰਤੂ ਜੁਆਇੰਗ ਵਾਲੇ ਦਿਨ ਇਸ ਭਰਤੀ ਦੇ ਉੱਪਰ ਇਸ ਸਟੇਅ ਨੂੰ ਲਗਭਗ 1 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਅਤੇ 25-30 ਪੇਸ਼ੀਆਂ ਹਾਈਕੋਰਟ ਦੇ ਵਿੱਚ ਹੋ ਚੁੱਕੀਆਂ ਨੇ, ਪਰੰਤੂ ਵਿਭਾਗ ਵੱਲੋਂ ਅਤੇ ਸਰਕਾਰ ਵੱਲੋਂ ਇਸ ਸਟੇਅ ਨੂੰ ਖੋਲ੍ਹਣ ਲਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਅੱਜ ਸਿਹਤ ਵਰਕਰਾਂ ਵੱਡੇ ਪੱਧਰ 'ਤੇ ਕਮੀਆਂ, ਭਾਵੇਂ ਸਰਕਾਰ ਖਸਰਾ ਅਤੇ ਰੁਬੇਲਾ ਨੂੰ ਖਤਮ ਕਰਨ ਦੇ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ, ਪਰੰਤੂ ਉਸ ਟੀਕਾਕਰਨ ਮੁਹਿੰਮ ਦੇ ਵਿੱਚ ਵਰਕਰਾਂ ਦੀ ਘਾਟ ਇੱਕ ਬਹੁਤ ਵੱਡਾ ਮਹਿਕਮੇ ਖਤਰਾ ਹੈ। ਅਣਸਿੱਖਿਅਤ ਵਰਕਰ ਆਸ਼ਾ ਵਾਲੇ ਆਂਗਨਵਾੜੀਆਂ ਵਿੱਚ ਇਹ ਮਦਦ ਲੈਣ ਜਾ ਰਹੇ ਹਨ ਕਿ ਅਸੀਂ ਸਿਲੈਕਟ ਹੋ ਚੁੱਕੇ ਵਰਕਰਾਂ ਸੀ ਡਿਪਲੋਮਾ ਹੋਲਡਰਾਂ ਅਤੇ ਪ੍ਰੋਪਰ ਅਸੀਂ ਟ੍ਰੇਨਿੰਗ ਕੀਤੀ ਹੋਈ ਆ ਡਿਪਾਰਟਮੈਂਟ ਤੋਂ, ਅਤੇ ਅਸੀਂ ਡਾਰਨ ਤੋਂ ਮੰਗ ਕਰਦੇ ਹਾਂ, ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਸਟੇਅ ਨੂੰ ਖੁਲਵਾ ਕੇ ਅਸੀਂ ਤੁਰੰਤ ਡਿਊਟੀ 'ਤੇ ਜੁਆਇਨ ਕੀਤਾ ਜਾਵੇ ਤਾਂ ਜੋ ਕਿ ਇਸ ਟੀਕਾਕਰਨ ਪ੍ਰਣਾਲੀ 'ਚ ਆਪਣਾ ਬਣਦਾ ਯੋਗਦਾਨ। ਮੇਨ ਮੰਗ ਹੀ ਅਸੀਂ ਪੁਤਾਪਾਰੀ ਕਰਕੇ ਸਰਕਾਰ ਅਤੇ ਡਿਪਾਰਟਮੈਂਟ ਤੋਂ ਪ੍ਰੋਪਰ ਜਮਾ ਕਰਵਾ ਕੇ ਸਟੇਅ ਖੁਲਵਾਵੇ ਤਾਂ ਕਿ ਅਸੀਂ ਪ੍ਰੋਪਰ ਡਿਊਟੀ ਕਰੀਏ। ਜਿਹੜਾ ਇਹ ਦਾ ਪ੍ਰੋਗਰਾਮ ਚੱਲਿਆ ਹੁਣ MR ਦਾ ਵੈਕਸੀਨੇਸ਼ਨ ਹੋਣ ਬੱਚਿਆਂ ਦੇ, ਹੈਲਥ ਵਰਕਰ ਮਿਲ ਅਤੇ ਫੀਲਡ ਦਾ ਕੰਮ ਹੁੰਦਾ ਜੀ, ਗਰਾਊਂਡ ਪੱਧਰ ਤੋਂ ਵੈਕਸੀਨੀਆਂ ਹੁੰਦੀਆਂ ਸਾਰੀਆਂ ਨੂੰ ਬਣਾਉਂਦਾ, ਲੋਕਾਂ ਨੂੰ ਸਿਹਤ ਸੁਣਾਂ ਬਾਰੇ ਜਾਗਰੂਕ ਕਰਨਾ ਹੁੰਦਾ। 1 ਸਾਲ ਸਾਡਾ ਕੇਸ ਜਿਹੜਾ ਜੀ ਇਹ ਪੈਂਡੇ ਹੈ, ਹਾਈਕੋਰਟ 'ਚ ਤਰੀਕਾਂ ਪੈ ਰਹੀਆਂ ਨੇ, ਅਸੀਂ ਵੀ ਸਾਨੂੰ ਛੇਤੀ ਤੋਂ ਛੇਤੀ ਆਉਣ ਤਰੀਕ ਆ ਜੀ ਅਗਲੀ 9 ਮਈ ਦੀ ਆ, ਅਸੀਂ ਕਹਿੰਦੇ ਵੀ ਸਾਰੇ ਡਾਕੂਮੈਂਟ ਟੋ ਜਮ੍ਹਾਂ ਕਰਵਾ ਕੇ ਸਾਨੂੰ 9 ਮਈ ਨੂੰ ਤੁਰੰਤ ਸਟੇਅ ਲੱਗ ਤਲਵਾਰ ਸਾਨੂੰ ਜੁਆਇਨ ਕਰਾਇਆ ਜਾਵੇ ਤਾਂ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਆਪਣੀ ਡਿਊਟੀ 'ਤੇ ਹੋ ਕੇ ਵੈਕਸੀਨੇਸ਼ਨ 'ਚ ਆਪਣਾ ਬਣਦਾ ਜੀ ਬਣਾ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀ ਲਈ ਕੈਮਰਾਮੈਨ ਹਰਵਿੰਦਰ ਮੰਗਾ ਦੇ ਨਾਲ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।